सारे दर्शकों का मैं दमनप्रीत कौर स्वागत कर दी हाँ। दर्शको अज असी तुहानू सभ्याचार की जिस वनगी तो रूबरू कराउन जा रहे हैं वह है टोकरे बनाउन की कला। अज असी तुहानू बाबा रणजीत सिंह होरां दे नाल रूबरू करावांगे जो लंबे अरसे तो टोकरे बनाउंदे ने। मजबूरी का है, जोर बहुत लगता बना। देखते हो कि बैठे बनाने एक टोकरे बनाने कि समा लग जाता है? 2 घंटे लग जाने इस टोकरे बना तैयार करने वास्ते। करी हुई छटिया पहला तो जानी मतलब बढ़ के लेके आने बाहरों, फिर साफ करके फिर तैयार करते हैं। ਇਹਦੇ ਲਈ ਕਿਸੇ ਖਾਸ ਲੱਕੜੀ ਦੀ ਲੋੜ ਪੈਂਦੀ ਹੈ ਟੋਕਰੇ ਬਣਾਉਣ ਲਈ? ਦੂਧ ਦੀ ਲੱਕੜੀ ਦੀ ਲੋੜ ਪੈਂਦੀ ਹੈ ਭਾਈ ਟੋਕਰੇ ਬਣਾਉਣ ਲਈ। ਬਾਬਾ ਜੀ ਕਿਸੇ ਹੋਰ ਲੱਕੜੀ ਦੇ ਨਾਲ ਇਹ ਟੋਕਰੇ ਨਹੀਂ ਬਣਦੇ? ਨਾ ਬਿਲਕੁਲ ਨਹੀਂ ਬਣਦੇ, ਹੋਰ ਕਿਸੇ ਟੋਕਰੀ ਦੇ ਕਿਸੇ ਵੀ ਚੀਜ਼ ਦਾ ਨਹੀਂ ਬਣਦਾ ਹੈਗਾ, ਇਸੇ ਦੂਧ ਦਾ ਹੀ ਬਣਦਾ ਬਸ ਜੀ। ਤੂਤ ਅੱਜ ਕੱਲ੍ਹ ਮਿਲ ਜਾਂਦੇ ਆ? ਹਾਂ ਤੂਤ ਮਿਲ ਜਾਂਦੇ ਭਾਈ, ਬਾਹਰ ਖੇਤਾਂ 'ਚੋਂ ਲੈ ਆਉਂਦੇ ਹਾਂ, ਪਹਾੜੀ ਏਰੀਏ 'ਚੋਂ ਲੈ ਆਉਂਦੇ ਜੀ। ਤੁਸੀਂ ਜਿਹੜਾ ਟੋਕਰੇ ਬਣਾਉਣਾ ਕਿਸ ਉਮਰ ਦੇ ਵਿੱਚ ਸ਼ੁਰੂ ਕਰ ਦਿੱਤਾ ਸੀ? ਮੈਂ ਕਰਤਾ ਜੀ 22-23 ਸਾਲ ਦਾ ਸੀਗਾ ਜੀ। ਕਿੰਨੇ ਕੁ ਵਰੇ ਹੋ ਗਏ ਤੁਹਾਨੂੰ ਬਣਾਉਂਦਿਆਂ ਨੂੰ? ਹੁਣ ਤਾਂ ਮੈਨੂੰ 45 ਸਾਲ ਦੇ ਲਗਭਗ ਹੋ ਗਏ ਜੀ। ਇਹਨਾਂ ਦੀ ਵਿਕਰੀ ਹੋ ਜਾਂਦੀ ਹੈ? ਵਿਕਰੀ ਹੋ ਜਾਂਦੀ ਹੈ ਇਹਨਾਂ ਦੀ, ਆਮ ਘਰੇਲੂ ਕੰਮ ਹੈ ਨਾ ਇਹ, ਲੋਕਾਂ ਦੇ ਘਰਾਂ 'ਚ ਕੰਮ ਆਉਣ ਵਾਲੀ ਚੀਜ਼ ਆ। ਜਿੰਨੀ ਪਹਿਲਾਂ ਵਿਕਰੀ ਹੁੰਦੀ ਸੀ ਮੌਜੂਦਾ ਸਮੇਂ ਉੰਨੀ ਵਿਕਰੀ ਹੋ ਰਹੀ ਹੈ? ਉਦੋਂ ਥੋੜ੍ਹੀ ਜਿਹੀ ਕੰਮ ਹੈ, ਜਿਹੜੇ ਲੋਕ ਘੱਟ ਕਰ ਰਹੇ ਨਾ, ਨਵੇਂ ਨਵੀਆਂ ਚੀਜ਼ਾਂ ਹੋਰ ਆਈਟਮ ਆਈ ਜਾਂਦੀਆਂ, ਪਲਾਸਟਿਕ ਦੀਆਂ ਆ ਗਈਆਂ, ਹੋਰ ਆ ਗਈਆਂ ਮਸ਼ੀਨਾਂ ਆ ਗਈਆਂ ਸੜਕਾਂ ਬਣਾਉਣ ਵਾਲੀਆਂ, ਇਹਦੇ ਕਰਕੇ ਘੱਟਦੇ ਆ। ਤੁਸੀਂ ਇਹ ਕਲਾ ਹੈ ਤੁਸੀਂ ਕਿਹਨਾਂ ਤੋਂ ਸਿੱਖੀ ਸੀਗੀ ਟੋਕਰੇ ਬਣਾਉਣ ਦੀ? ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸਿੱਖੀ ਸੀ। ਜਿਹੜਾ ਬਾਬਾ ਜੀ ਤੁਸੀਂ ਟੋਕਰੇ ਬਣਾਉਂਦੇ ਹੋ ਇਹ ਅੱਗੋਂ ਕਲਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਈ ਹੈ? ਬੱਚੇ ਨਹੀਂ ਜੀ, ਹੁਣ ਨਵੇਂ ਸਿਰੇ ਸਿੱਖਦੇ ਹੈਗੇ, ਜਿਹੜੇ ਅੱਜ ਕੱਲ੍ਹ ਦਾ ਭੂੰਗਾ ਨਾ ਇਹ ਨਹੀਂ ਸਿੱਖਦੇ, ਪੜ੍ਹੇ ਲਿਖੇ ਹੁੰਦੇ ਆ, ਇਹ ਆਪਣੇ ਹੋਰ ਪਾਸੇ ਜਾਈ ਜਾਂਦੇ ਆ। ਫਿਰ ਜੇ ਆਪਾਂ ਗੱਲ ਕਰੀਏ, ਤੁਸੀਂ ਕਿਹਾ ਕਿ ਘਰੇਲੂ ਕੰਮਾਂ ਦੇ ਵਿੱਚ ਜਿਹੜੇ ਟੋਕਰਿਆਂ ਦੀ ਬਹੁਤ ਮਹੱਤਤਾ ਹੈਗੀ ਹੈ, ਲੋਕ ਇਹਨਾਂ ਨੂੰ ਬਹੁਤ ਵਰਤਦੇ ਆ, ਫਿਰ ਉਹ ਕਿੱਥੋਂ ਪ੍ਰਾਪਤ ਕਰਿਆ ਕਰਨਗੇ ਜੇਕਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਟੋਕਰਿਆਂ ਨੂੰ ਬਣਾਉਣਾ ਹੀ ਨਹੀਂ ਸਿੱਖ ਰਹੀਆਂ? ਇਹ ਤਾਂ ਜੀ ਹੁਣ ਸਮਾਂ ਹੀ ਦੱਸੂਗਾ, ਮੌਕੇ ਮੁਤਾਬਕ ਇਹ ਸਮਾਂ ਹੀ ਦੱਸ ਸਕਦਾ ਵੀ ਕਿਆ ਮੂਹਰੇ ਕਿਆ ਬਣੂਗਾ, ਕੋਈ ਪਤਾ ਨਹੀਂ। ਕਿੰਨਾ ਕੁ ਸਮਾਂ ਲੱਗਿਆ ਸੀ ਤੁਹਾਨੂੰ ਇਸ ਕਲਾ ਨੂੰ ਸਿੱਖਣ ਦੇ ਲਈ? ਲੱਗ ਗਏ 3-4 ਮਹੀਨੇ। ਜਦੋਂ 3-4 ਮਹੀਨੇ ਤੁਸੀਂ ਇਸ ਨੂੰ ਬਣਾਉਣਾ ਸ਼ੁਰੂ ਕੀਤਾ, ਜਿਵੇਂ ਤੁਹਾਡੀਆਂ ਅਸੀਂ ਅੱਜ ਟੋਕਰੀਆਂ ਦੇਖ ਰਹੇ ਹਾਂ ਇਹ ਬਹੁਤ ਸੋਹਣੀਆਂ ਬਣੀਆਂ ਨੇ, ਉਦੋਂ ਜਦੋਂ ਤੁਸੀਂ ਇਹਨਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਕਿਵੇਂ ਦੀਆਂ ਬਣਦੀਆਂ ਸੀ ਇਹ? ਉਦੋਂ ਜੀ ਗਲਤ ਬਣਦੀਆਂ ਹੁੰਦੀਆਂ ਸੀ, ਪਹਿਲਾਂ ਤਾਂ ਅਣਜਾਣਪਣੇ ਵਿੱਚ ਖਰਾਬ ਵੀ ਹੋ ਜਾਂਦੀ ਜਾਂ ਵਿੰਗੀਆਂ ਟੇਢੀਆਂ ਹੋ ਜਾਂਦੀਆਂ ਸੀ, ਹੁਣ ਫਸਟ ਕਲਾਸ ਬਣਦਾ ਮਾਲ ਤਿਆਰ। ਕਹਿੰਦੇ ਆ ਕਿ ਤਜ਼ਰਬੇ ਦੇ ਨਾਲ ਹਰੇਕ ਚੀਜ਼ ਦੇ ਵਿੱਚ ਇਨਸਾਨ ਮੁਹਾਰਤ ਹਾਸਲ ਕਰ ਲੈਂਦਾ, ਅਤੇ ਤੁਸੀਂ ਵੀ ਜਿਹੜਾ ਹੈ ਤਜ਼ਰਬੇ ਦੇ ਨਾਲ ਮੁਹਾਰਤ ਹਾਸਲ ਕੀਤੀ ਹੈ। ਤੁਸੀਂ ਕਿਹਾ 2 ਘੰਟੇ ਲੱਗਦੇ ਆ, ਜਦੋਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਕਿੰਨਾ ਕੁ ਸਮਾਂ ਲੱਗਦਾ ਸੀ? ਜਾਂ ਤਾਂ ਇਹ ਤੋਂ ਵੱਧ ਸਮਾਂ ਲੱਗ ਜਾਂਦਾ ਤਾ ਜੀ, ਅਣਜਾਣਪਣੇ ਵਿੱਚ 3-4 ਟੋਕਰੇ ਦਿਹਾੜੀ 'ਚ ਬਣਦੇ ਤੇ ਹੁਣ 5-6 ਟੋਕਰੇ ਬਣ ਜਾਂਦੇ ਦਿਹਾੜੀ 'ਚ। ਫਿਰ ਇੱਕ ਦਿਨ ਦੇ ਵਿੱਚ ਕਿੰਨੇ ਕੁ ਟੋਕਰੇ ਵਿਕਦੇ ਆ ਤੁਹਾਡੇ? ਦਿਨ ਦੇ ਵਿੱਚ ਮੌਕੇ ਮੁਤਾਬਕ ਆ ਜੀ, ਕਦੇ ਗਾਹਕ ਪੈ ਗਿਆ 10-12 ਵੀ ਵਿਕ ਜਾਂਦੇ ਆ, ਕਿਤੇ 2-3 ਕੇ ਵਿਕਦੇ ਹਾਂ, ਇੱਦਾਂ ਵਿਕਦੇ ਹਾਂ। ਕਦੇ ਗਾਹਕ ਠੇਕੇਦਾਰ ਬਾਹਰੋਂ ਆ ਜਾਂਦਾ, ਉਹ ਇਕੱਠੇ ਵੀ ਲੈ ਜਾਂਦੇ ਆ ਚੱਕ, 40-50 ਇਕੱਠੇ ਹੋ ਜਾਂਦੇ। ਫਿਰ ਤੁਸੀਂ ਆਪਣੀ ਜ਼ਿੰਦਗੀ ਕਿੱਦਾਂ ਬਸਰ ਕਰਦੇ ਹੋ ਜੇਕਰ ਜੇ ਤੁਸੀਂ ਕਹਿੰਦੇ ਹੋ ਕਿ ਕਈ ਵਾਰੀ ਤੁਹਾਡੇ ਟੋਕਰੇ ਘੱਟ ਵਿਕਦੇ ਆ, ਫਿਰ ਤਾਂ ਆਪਣੀਆਂ ਘਰੇਲੂ ਜ਼ਰੂਰਤਾਂ ਜਿਹੜੀਆਂ ਤੁਹਾਡੀਆਂ ਮੂਲੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਕਿਵੇਂ ਹੁੰਦੀ ਹੈ? ਇੱਦਾਂ ਨਾ ਜੀ, ਜਿਹੜਾ ਹੁਣ ਘਰ ਦੇ ਹੋਰ ਮੈਂਬਰ ਆ ਉਹ ਵੀ ਕੰਮ ਕਰਦੇ ਆ ਲੋਕਲ, ਉਹਦੇ ਨਾਲ ਘਰ ਦੀ ਲੋੜਾਂ ਪੂਰੀਆਂ ਹੋਈ ਜਾਂਦੀਆਂ, ਇਕੱਲਾ ਬੰਦਾ ਤਾਂ ਕਰ ਨਹੀਂ ਸਕਦਾ। ਅਤੇ ਜਦੋਂ ਤੁਸੀਂ ਜਿਹੜਾ ਹੈਗਾ ਟੋਕਰਿਆਂ ਦੀ ਗੱਲ ਕਰਦੇ ਹੋ, ਇਹਨਾਂ ਟੋਕਰਿਆਂ ਨੂੰ ਬਣਾਉਣ ਲਈ ਮਿਹਨਤ ਵੀ ਬਹੁਤ ਲੱਗਦੀ ਹੈ, ਸਮਾਂ ਵੀ ਬਹੁਤ ਲੱਗਦਾ ਆ, ਕੀ ਲੋਕ ਤੁਹਾਡੀ ਮਿਹਨਤ ਦਾ ਮੁੱਲ ਦੇ ਕੇ ਜਾਂਦੇ ਆ? ਦੇ ਕੇ ਜਾਂਦੇ ਆ, ਕੋਈ ਉਹ ਬੰਦਾ ਹੋਊਗਾ ਜਿਹੜਾ ਨਹੀਂ ਗਲਤ ਹੋਊਗਾ, ਨਹੀਂ ਤਾਂ ਸਭ ਦੇਖੇ ਜਾਂਦੇ, ਦੇਖ ਕੇ ਵੀ ਹਾਂ ਭਾਈ ਕੰਮ ਕਰਦੇ ਹਾਂ, ਜ਼ੋਰ ਲੱਗਦਾ ਇਹਨਾਂ ਦਾ। ਜਿਹੜੇ ਸਿਆਣੇ ਬੰਦੇ ਆ ਨਾ, ਉਹ ਤਾਂ ਦੇਖੇ ਜਾਂਦੇ ਆ, ਪੂਰੀ ਮਿਹਨਤ ਵੀ ਆ ਲਓ ਪੂਰੀ ਲਓ। ਇੱਕ ਟੋਕਰੀ ਦੀ ਕਿੰਨੀ ਕੁ ਕੀਮਤ ਹੈ? ਇੱਕ ਟੋਕਰੇ ਦੀ ਕੀਮਤ ਅੱਜ 150 ਆ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਤੁਹਾਡਾ ਕੀ ਨਾਮ ਹੈ ਜੀ? ਮਨਪ੍ਰੀਤ ਸਿੰਘ ਜੀ। ਤੁਹਾਡੇ ਬਜ਼ੁਰਗ ਜਿਹੜੇ ਆ ਉਹ ਟੋਕਰਿਆਂ ਨੂੰ ਬਣਾਉਂਦੇ ਆ, ਤੁਸੀਂ ਇਸ ਕਲਾ ਨੂੰ ਜਿਹੜਾ ਹੈ ਸੰਭਾਲ ਕੇ ਰੱਖਿਆ ਹੈ? ਨਹੀਂ ਮੈਮ, ਕਿਉਂਕਿ ਮੈਮ ਦੇਖੋ ਅੱਗੇ ਅੱਗੇ ਇਸ ਕੰਮ ਦੇ ਵਿੱਚ ਫਾਇਦਾ ਨਹੀਂ ਹੈ, ਬੇਰੁਜ਼ਗਾਰੀ ਬਹੁਤ ਵੱਧ ਗਈ ਹੈ ਅਤੇ ਇਸ ਕੰਮ ਨੂੰ ਹੁਣ ਮਤਲਬ ਕਿ ਪੁਰਾਣਾ ਕੰਮ ਹੋ ਗਿਆ ਤਾਂ ਕੋਈ ਪੁੱਛਦਾ ਨਹੀਂ ਹੈਗਾ। ਅੱਜ ਕੱਲ੍ਹ ਕੋਈ ਪਲਾਸਟਿਕ ਦੇ ਟੋਕਰੇ ਵਗੈਰਾ ਚੱਲ ਰਹੇ ਆ ਤਾਂ ਕਰਕੇ ਇਸ ਕੰਮ ਵਿੱਚ ਅੱਗੇ ਵਰਕਤ ਨਹੀਂ ਹੈ ਜੀ। ਤੁਸੀਂ ਕਦੇ ਯਤਨ ਵੀ ਨਹੀਂ ਕੀਤਾ ਇਸ ਕਲਾ ਨੂੰ ਸਿੱਖਣ ਦਾ? ਮੈਮ ਕੀਤਾ ਸੀ, ਛੋਟੇ ਹੁੰਦੇ ਕੀਤਾ ਸੀ। ਛੋਟੇ ਹੁੰਦੇ ਸੀ ਛੋਟੇ ਛੋਟੇ ਬੋਈਏ ਬਣਾਇਆ ਕਰਦੇ ਸੀ ਜਿਹਨੂੰ ਬੋਈਏ ਕਹਿੰਦੇ ਆ ਤੁਸੀਂ ਟੋਕਰੇ ਦਾ, ਅਤੇ ਮਤਲਬ ਇੰਨੇ ਮਹਿੰਗੇ ਨਹੀਂ ਸੀ ਵਿਕਦੇ, 10-15 ਰੁਪਏ ਦੇ ਵਿਕਦੇ ਹੁੰਦੇ ਸੀ ਅਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਕਲਾ ਨਹੀਂ ਬਣਾਇਆ। ਚਲੋ, ਪੈਸਾ ਤਾਂ ਸਾਰਿਆਂ ਲਈ ਕਹਿੰਦੇ ਆ ਜ਼ਰੂਰੀ ਹੈ, ਕਿਉਂਕਿ ਸਾਡੀਆਂ ਮੂਲੀਆਂ ਲੋੜਾਂ ਦੀ ਪੂਰਤੀ ਲਈ ਸਾਨੂੰ ਪੈਸਾ ਚਾਹੀਦਾ ਆ, ਪਰ ਸਾਡੀਆਂ ਸੱਭਿਆਚਾਰਕ ਕਲਾਵਾਂ ਨੂੰ ਸਾਂਭ ਕੇ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਸ ਪੱਖ ਤੋਂ ਅਹਿਮ ਰੱਖਦਿਆਂ ਹੋਇਆ ਤੁਸੀਂ ਇਸ ਕਲਾ ਨੂੰ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਮੈਮ, ਸਿੱਖਣ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਅੱਗੇ ਅੱਗੇ ਇਸ ਚੀਜ਼ ਦਾ ਕੰਮ ਮਤਲਬ ਕਿ ਸਮੇਂ ਦੇ ਨਾਲ ਨਾਲ ਇਸ ਚੀਜ਼ ਵਿੱਚ ਮਤਲਬ ਕੰਮ ਦਾ ਬਰਕਤ ਨਹੀਂ ਰਹੀ। ਹਾਂਜੀ, ਜੇਕਰ ਦਰਸ਼ਕੋ ਗੱਲ ਕਰੀਏ ਤਾਂ ਸਾਡਾ ਨੌਜਵਾਨ ਵਰਗ ਇਹਨਾਂ ਕਲਾਵਾਂ ਨੂੰ ਹਾਲੇ ਵੀ ਮੋਹ ਕਰਦਾ ਹੈ, ਜਿਵੇਂ ਕਿ ਇਹਨਾਂ ਨੇ ਦੱਸਿਆ ਹੈ ਛੋਟੇ ਹੁੰਦਿਆਂ ਜਿਹੜਾ ਹੈ ਇਹਨਾਂ ਟੋਕਰਿਆਂ ਨੂੰ ਬੋਹਿਆਂ ਨੂੰ ਜਿਹੜਾ ਬਣਾਉਂਦੇ ਸੀਗੇ, ਪਰ ਸਮੇਂ ਦੇ ਨਾਲ ਜਦੋਂ ਇਹਨਾਂ ਨੇ ਵੇਖਿਆ ਕਿ ਇਸ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ, ਉਹਨਾਂ ਦੀਆਂ ਮੂਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਸਕਦੀ, ਫਿਰ ਉਹਨਾਂ ਨੂੰ ਜਿਹੜਾ ਹੈ ਇਸ ਕਲਾ ਨੂੰ ਛੱਡਣਾ ਪਿਆ ਅਤੇ ਕਈ ਹੋਰ ਰੁਜ਼ਗਾਰ ਦੀ ਭਾਲ ਕਰਨੀ ਪਈ। ਲੋੜ ਹੈ ਸਾਨੂੰ ਇਹਨਾਂ ਕਲਾਵਾਂ ਨੂੰ ਸਾਂਭਣ ਦੀ, ਇਹਨਾਂ ਲੋਕਾਂ ਨੂੰ ਜਿਹੜਾ ਹੈ ਇਹਨਾਂ ਦੀ ਮਿਹਨਤ ਦਾ ਮਹਿਤਾਨਾ ਦੇਣ ਦੀ, ਤਾਂ ਜੋ ਅਸੀਂ ਆਪਣੀਆਂ ਸੱਭਿਆਚਾਰਕ ਕਲਾਵਾਂ ਨੂੰ ਸਾਂਭ ਕੇ ਰੱਖ ਸਕੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦੇ ਰੂਬਰੂ ਕਰਾ ਸਕੀਏ। ਦੋਸਤੋ, ਅੱਜ ਸੱਭਿਆਚਾਰਕ ਸਾਥ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਾਇਆ ਹੈ ਟੋਕਰੇ ਬਣਾਉਣ ਦੀ ਕਲਾ ਬਾਰੇ। ਅਗਲੀ ਵਾਰੀ ਕਿਸੇ ਹੋਰ ਕਲਾ ਨੂੰ ਕਰਾਵਾਂਗੇ ਤੁਹਾਡੇ ਰੂਬਰੂ, ਉਦੋਂ ਤੱਕ ਲਈ ਮੈਨੂੰ ਦਮਨ ਪੀਨੂੰ ਦਿਓ ਆ ਗਿਆ, ਧੰਨਵਾਦ।